ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਫਾਜ਼ਲਿਕਾ ਦੇ ਬਾੜੇ ਰੋਡ ਤੇ ਹਾਦਸਾ ਵਾਪਰ ਗਿਆ ਜਿਸ ਵਿੱਚ ਬੇਕਾਬੂ ਹੋ ਕੇ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਇਸ ਤੋਂ ਬਾਅਦ ਉੱਥੇ ਖੜੇ ਕੁਝ ਹੋਰ ਵਾਹਨ ਵੀ ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆ ਗਏ ਜਿਸ ਕਾਰਨ ਤਿੰਨ ਨੌਜਵਾਨ ਅਤੇ ਦੋ ਲੜਕੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਵਿੱਚੋਂ ਇੱਕ ਲੜਕੇ ਦੀ ਲੱਤ ਟੁੱਟ ਗਈ ਅਤੇ ਬਾਕੀਆਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ ਲੜਕੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਦਕਿ ਲੜਕੀਆਂ ਨੂੰ ਇੱਥੋਂ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੋ ਲੇਡੀਜ਼ ਇੱਕ ਬੱਚਾ ਰੋੜੇ ਦਾਖਲ ਹੈ ਉਹਨਾਂ ਦੇ ਬਾਹਾਂ ਸੱਟਾਂ ਵੱਜੀਆਂ ਬਹੁਤ ਵਧੀਆ ਪ੍ਰਾਈਵੇਟ ਦਾਖਲ ਹੈ ਤੁਸੀਂ ਮੌਕੇ ਦੱਸੀ ਜਦੋਂ ਮੈਂ ਮੌਕੇ ਮੇਰੇ ਤਾਂ ਯਾਰ ਬੇਲੀ ਸੀ ਅਰੁਣ ਜੀ ਉਹਨਾਂ ਦਾ ਮੁੰਡਾ ਸੀਗਾ ਅਸੀਂ ਫੋਨ ਕੀਤਾ ਨਾਲ ਮੌਕੇ ਜਾ ਕੇ ਤਾਂ ਸਾਰਾ ਕੰਮ ਬੱਚੇ ਐਂ ਦਾ ਖਤਮ ਹੀ ਹੋ ਗਿਆ ਇਹ ਤਾਂ ਕੁਦਰਤ ਦੇ ਬੱਚੇ ਦਾ ਅੱਛਾ ਦੇ ਹੋ ਗਈ ਜਵਾਕਾਂ ਦੀ ਤੇ ਇਹਦੇ ਥੱਲੇ ਕੋਈ ਆਏ ਤੇ ਜਵਾਕ ਇੱਕਾ ਦਾ ਤੇ ਉਹ ਉਹ ਚਲੇ ਜਾਂਦਾ ਜੀ ਤਰਨਤਾਰਨ ਪੁਲਿਸ ਵੱਲੋਂ ਭੈੜੇ ਪੁਰਸ਼ਾਂ ਖਿਲਾਫ ਚਲਾਏ ਆਪਰੇਸ਼ਨ ਵਿਜ਼ਲ 2 ਦੇ ਤਹਿਤ ਐਸਪੀਡੀ ਵਿਸ਼ਾਲਜੀਤ ਸਿੰਘ ਦੀ ਅਗਵਾਈ ਹੇਠ ਨਾਕੇਬੰਦੀ ਕਰਕੇ ਬੱਸ ਅੱਡੇ ਰੇਲਵੇ ਸਟੇਸ਼ਨ ਤੇ ਸ਼ਹਿਰ ਦੇ ਵੱਖ-ਵੱਖ ਚੌਂਕਾਂ ਵਿੱਚ ਵਿਸ਼ੇਸ਼ ਤੌਰ ਤੇ ਚੈਕਿੰਗ ਅਭਿਆਨ ਚਲਾਇਆ ਗਿਆ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਜੇਕਰ ਕੋਈ ਸ਼ੱਕੀ ਦਿਖਾਈ ਦਿੰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਜਾਵੇ ਨਿਰਦੇਸ਼ਾਂ ਦੇ ਜਿਹੜਾ ਆਪਰੇਸ਼ਨ ਵਹੀਕਲ ਟੂ ਜਿਹੜਾ ਚਲਾਇਆ ਜਾ ਰਿਹਾ ਜਿਸ ਦੇ ਤਹਿਤ ਜਿਹੜਾ ਵੱਖ-ਵੱਖ ਜਗ੍ਹਾ ਦੇ ਉੱਤੇ ਜ਼ਿਲ੍ਹਾ ਦੇ ਵਿੱਚ ਨਾਕਾਬੰਦੀ ਕੀਤੀ ਗਈ ਹੈ ਉਹਨਾਂ ਨਾਕਾਬੰਦੀ ਦੇ ਉੱਤੇ ਜਿਹੜੇ ਸ਼ੱਕੀ ਪਰਸਨਸ ਨੇ ਜਾਂ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਬਕਾਇਦਾ ਤੌਰ 'ਤੇ ਚੈੱਕ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਜਿਹੜੀ ਰੇਲਵੇ ਸਟੇਸ਼ਨਸ ਬੱਸ ਸਟੈਂਡ ਜਿਹੜੀਆਂ ਹੋਟਲ ਸਰਾਂਸ ਨੇ ਜਾਂ ਹੋਰ ਭੀੜ ਭੜਾਕੇ ਵਾਲੀਆਂ ਜਿਹੜੀਆਂ ਏਰੀਆ ਨੇ ਉਹਨਾਂ ਸਾਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਇੱਕ ਸਪੈਸ਼ਲ ਆਪਰੇਸ਼ਨ ਜਿਹੜਾ ਆਲ ਓਵਰ ਪੰਜਾਬ ਚਲਾਇਆ ਜਾ ਰਿਹਾ ਜਿਸ ਦੇ ਤਹਿਤ ਤਰਨ ਤਰਨ ਦੇ ਵਿੱਚ ਵੀ ਅੱਜ ਸਪੈਸ਼ਲ ਜਿਹੜਾ ਵਾ ਆਪਰੇਸ਼ਨ ਦੇ ਤਹਿਤ ਜਿਹੜੇ ਵੱਖ-ਵੱਖ ਅਫਸਰ ਜਿਹੜੇ ਇਸ ਦੇ ਵਿੱਚ ਫੀਲਡ ਦੇ ਵਿੱਚ ਅੱਜ ਇਸ ਚੈਕਿੰਗ ਦੇ ਦੌਰਾਨ ਆਪਣੀ ਚੈਕਿੰਗ ਕਰ ਰਹੇ ਨੇ ਇਹ ਅਜੇ ਆਪਰੇਸ਼ਨ ਜਿਹੜਾ ਵੰਡਰ ਵੇ ਆ ਜੀ ਆਪਰੇਸ਼ਨ ਜਦੋਂ ਵਾਈਂਡ ਅਪ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਇਸ ਬਾਰੇ ਦੱਸ ਦਿੱਤਾ ਹੋਵੇਗਾ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਕਾਲੋਕੇ ਉਤਾੜ ਦੇ ਵਰਿੰਦਰਪਾਲ ਸਿੰਘ ਉਮਰ 26 ਸਾਲ ਪੁੱਤਰ ਨਿਰਵੈਲ ਸਿੰਘ ਵਾਸੀ ਕਾਲੋਕੇ ਉਤਾੜ ਦੀ ਅਮਰੀਕਾ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਕ ਦੀ ਮਾਤਾ ਨੇ ਵਿਰਲਾਪ ਕਰਦਿਆਂ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਸਦਾ ਲੜਕਾ ਅਮਰੀਕਾ ਰੋਜ਼ੀ ਰੋਟੀ ਕਮਾਉਣ ਗਿਆ ਸੀ ਜਿਸ ਦੀ ਮਿਤੀ 30 ਜੂਨ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜ਼ਿਕਰਯੋਗ ਹੈ ਕਿ ਉਕਤ ਮ੍ਰਿਤਕ ਦੇ ਜੀਜਾ ਜੀ ਨਵਦੀਪ ਸਿੰਘ ਜੋ ਕਿ ਅਮਰੀਕਾ ਵਿੱਚ ਹੀ ਗਏ ਹੋਏ ਸਨ ਦੀ ਵੀ ਕਰੀਬ 8 ਮਹੀਨੇ ਪਹਿਲਾਂ ਉਹਨਾਂ ਦੀ ਵੀ ਅਮਰੀਕਾ ਵਿੱਚ ਮੌਤ ਹੋ ਗਈ ਸੀ 5 ਸਾਲ ਹੋਏ ਸੀ ਬੱਚੇ ਨੂੰ ਬਾਹਰ ਗਏ ਨੂੰ ਕਿਹੜੇ ਦੇਸ਼ ਸੀ ਅਮਰੀਕਾ ਸੀ ਅਮਰੀਕਾ ਦੇ ਵਿੱਚ ਸੀ ਗੱਡੀ ਲੈ ਕੇ ਜਾਣ ਡਿਆ ਸੀਗਾ ਪਤਾ ਨਹੀਂ ਕਾ ਕੀ ਗੱਲ ਹੋਈ ਗੱਡੀ ਦੇ ਵਿੱਚ ਖਤਮ ਹੋ ਗਿਆ ਹੁਣ ਸਾਨੂੰ ਉਹਦੀ ਡੈਥ ਬੋਰਡ ਜ਼ਰੂਰ ਚਾਹੀਦੀ ਆ ਹਾਏ ਮੈਂ ਨਹੀਂ ਬਚ ਸਕਦੀ ਜਿੰਨਾ ਚਿਰ ਉਹਨਾਂ ਦੀ ਡੈਥ ਬੋਰਡ ਨਾ ਆਵੇ ਮੇਰੇ ਪੁੱਤ ਦੀ ਡੈਥ ਆ ਜਾਵੇ ਮੈਂ ਉਹਨੂੰ ਜਫਰੀ ਵਾਲਾ ਕੀ ਨਾਮ ਸਰਪੰਚ ਜੀ ਤੁਹਾਡਾ ਬਕਾਰ ਸਿੰਘ ਜੀ ਜਿਹੜਾ ਮੁੰਡਾ ਪੂਰਾ ਹੋਇਆ ਬਾਹਰ ਕੀ ਲੱਗਦਾ ਸੀ ਭਤੀਜਾ ਜੀ ਕੀ ਗੱਲ ਕੀ ਬਣੀ ਐਕਸੀਡੈਂਟ ਹੀ ਕਿਤੇ ਕਾਰ ਗੱਡੀ ਟੱਕੀ ਆ ਅਤੇ ਵਿੱਚ ਮੌਤ ਹੋ ਗਈ ਆ ਅਟੈਕ ਹੋ ਗਿਆ ਕਿਹੜੇ ਦੇਸ਼ ਸੀ ਅਮਰੀਕਾ ਕਿੰਨੇ ਚਿਰ ਤੋਂ ਗਏ 5 ਸਾਲ ਹੋ ਗਿਆ ਹੁਣ ਕੀ ਮੰਗ ਕੀ ਕਰਦੇ ਹੁਣ ਮੰਗ ਇਹੋ ਸਾਡੀ ਡੈਡ ਬੋਡੀ ਇੱਥੇ ਸਾਨੂੰ ਆ ਜੇ ਪਹੁੰਚੇ ਚੰਗੀ ਗੱਲ ਆ ਜੀ ਕੋਈ ਅਪਰੋਚ ਕੀਤੀ ਤੁਸੀਂ ਉੱਥੋਂ ਦੀ ਕਰਾਂ ਉੱਧਰ ਦੀ ਸਰਕਾਰ ਦੀ ਕਰਾਂ ਜੀ ਨਹੀਂ ਉੱਧਰ ਅਜੇ ਨਹੀਂ ਕੀਤੀ ਕੋਈ ਇਹਦੇ ਭਾਰਤ ਸਰਕਾਰ ਨੂੰ ਅਪੀਲ ਕਰਨ ਦਾ ਹਾਂਜੀ ਭਾਰਤ ਸਰਕਾਰ ਨੂੰ ਅਪੀਲ ਕਰਨ ਦਾ ਹਾਂਜੀ ਅੰਮ੍ਰਿਤਸਰ ਦੇ ਮਾਲ ਰੋਡ ਇਲਾਕੇ ਵਿੱਚ ਮਾਲ ਤਿਆਰ ਕੀਤਾ ਜਾ ਰਿਹਾ ਸੀ ਅਤੇ ਅੱਜ ਉਸ ਦੀ ਸ਼ਟਰਿੰਗ ਤੋਂ ਬਾਅਦ ਉਸ ਉੱਤੇ 5 ਦੇ ਕਰੀਬ ਮਜ਼ਦੂਰਾਂ ਵੱਲੋਂ ਉੱਤੇ ਸਰੀਏ ਚੜਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਅਤੇ ਅਚਾਨਕ ਸ਼ਟਰਿੰਗ ਜਿਹੜੀਆਂ ਲੋਹੇ ਦੀਆਂ ਪਲੇਟਾਂ ਲਗਾਈਆਂ ਗਈਆਂ ਸਨ ਉਹ ਹੇਠਾਂ ਡਿੱਗ ਪਈਆਂ ਜਿਸ ਕਾਰਨ ਉੱਪਰ ਚੜ੍ਹੇ ਮਜ਼ਦੂਰ ਵੀ ਹੇਠਾਂ ਲੰਮ ਗਏ ਦੱਸਿਆ ਜਾ ਰਿਹਾ ਕਿ ਉਹਨਾਂ ਵਿੱਚੋਂ ਇੱਕ ਵਿਅਕਤੀ ਦੀਆਂ ਲੱਤਾਂ ਉੱਪਰ ਗਾਰਡਰ ਡਿੱਗ ਪਏ ਮੇਰਾ ਨਾਮ ਰੋਹਿਤ ਹੈ ਮੈਂ ਆਪਾਂ ਸਾਹਮਣੇ ਉੱਥੋਂ ਲੰਘਣੇ ਹਾਂ ਅਤੇ ਬੰਦੇ 6-7 ਹੈਗੇ ਸੀ ਉੱਪਰ ਬੰਦੇ ਤਾਂ ਅਸੀਂ ਕੱਢ ਦਿੱਤੇ ਆ ਠੀਕ ਹੈ ਮੈਂ ਅਤੇ ਕਬੀਰ ਗਏ ਹਾਂ ਉੱਪਰ ਬੰਦੇ ਅਸੀਂ ਕੱਢ ਦਿੱਤੇ ਆ ਪਰ ਹਾਲੇ ਤੱਕ ਵੀ ਬੰਦਿਆਂ ਕੋਲ ਲੱਥਣ ਵਾਸਤੇ ਇਹਨਾਂ ਕੋਈ ਇੰਤਜ਼ਾਮ ਨਹੀਂ ਹੋਇਆ ਜੀ ਅੱਧਾ ਘੰਟਾ ਹੋ ਗਿਆ ਜੀ ਠੀਕ ਆ ਐਂਬੂਲੈਂਸਾਂ 2 ਖੜੀਆਂ ਜੀ ਬਾਹਰ ਹਾਲੇ ਤੱਕ ਨਹੀਂ ਇਹਨਾਂ ਕੋਲ ਬੰਦੇ ਲੱਥਣ ਦੇ ਜੀ ਠੀਕ ਆ ਭਾਈ ਇਹਨਾਂ ਨੂੰ ਇਹੋ ਹੀ ਕਹਿੰਦੇ ਆਪਾਂ ਅਪੀਲ ਇਹੋ ਹੀ ਇਹਨਾਂ ਨੂੰ ਅਪੀਲ ਕਰਨੇ ਆ ਕਿ ਇਹਨਾਂ ਨੂੰ ਬੰਦੇ ਉਤਾਰੇ ਜਾਣ ਹੁਣ ਇੱਕ ਵੀਰ ਆ ਆਪਣਾ ਉਹ ਹੈਲਡਰਾ ਲੈਣ ਗਿਆ ਵਾ ਕੇਕ ਮੰਗਾਇਆ ਆਪਾਂ ਸਾਰੇ ਵੀਰ ਆ ਜਿੰਨੇ ਵੀ ਇੱਥੇ ਖੜ੍ਹੇ ਆ ਸਾਰੇ ਆਪਾਂ ਦੇ ਆ ਠੀਕ ਹੈ ਵੀਰ ਦੀ ਜਾਨ ਬਚਾਉਣ ਬੰਦਾ ਤਾਂ ਪਈ ਸਾਰਾ ਹੀ ਲਮਕ ਗਿਆ ਹੋਇਆ ਜੀ ਬੰਦੇ ਦੀਆਂ ਬਾਹਾਂ ਟੁੱਟ ਗਈਆਂ ਲੱਤਾਂ ਟੁੱਟ ਗਈਆਂ ਲੱਕ ਟੁੱਟ ਗਿਆ ਜੀ ਬੰਦੇ ਤਾਂ ਆਦਮ ਹੋਇਆ ਸਮਝੋ ਇਹ ਭਾਈ 4-5 ਬੰਦੇ ਹੈਗੇ ਆ ਮਤਲਬ ਕਿ ਉੱਪਰ ਕਿਸੇ ਦੀ ਲੱਤ 'ਤੇ ਸੱਟ ਲੱਗੀ ਕਿਸੇ ਦੀ ਬਾਂਹ 'ਤੇ ਆਪਾਂ ਜੋ ਵੇਖਿਆ ਵਾ ਠੀਕ ਹੈ ਆਪਾਂ ਤਾਂ ਆਪ ਆਪਣੀ ਜਾਨ ਬਚਾ ਕੇ ਅਤੇ ਬੰਦੇ ਨੂੰ ਬਚਾ ਕੇ ਲੈ ਮੇਨ ਭਾਜੀ ਉਹ ਵੀਰ ਹੀ ਆਪਾਂ ਸਾਹਮਣੇ ਖੜ੍ਹੇ ਹਾਂ ਸਰੀਆ ਲੋਨ ਉੱਤੋਂ ਦਿਆ ਸੀ ਠੀਕ ਆ ਲੋਨ
ਖਿੱਚਣ ਦਿਆ ਸੀ ਸਰੀਆ ਅਤੇ ਉਹ ਕਿਤੇ ਵੀਰ ਜਿਹੜਾ ਖਿੱਚਣ ਦਿਆ ਸੀ ਉਹ ਉਹਦੇ ਜ਼ਿਆਦਾ ਲੱਗੀਆਂ ਵਾ ਉਹ ਅੱਗੇ ਹੈਂਡੀ ਗਿਆ ਵੀ ਬਾਕੀ ਸਭ ਜਿਹੜੇ ਆ ਵੀਰ ਜਿਹੜੇ ਆ ਸਹੀ ਸਲਾਮਤ ਆ ਥੋੜ੍ਹੇ ਬਹੁਤੇ ਉੱਥੇ ਸਿਰਫ ਗਾਡਰ ਗੂਡਰ ਲੱਤ 'ਤੇ ਡਿੱਗਾ ਪਲੇਟਾਂ ਪਲੂਟਾਂ ਡਿੱਗੀਆਂ ਬਾਕੀ ਇੱਕੋ ਵੀਰ ਦਾ ਜਾਨ ਦਾ ਖਤਰਾ ਵਾ ਬਾਕੀ ਰਜਿੰਦਰ ਕੁਮਾਰ ਉਹ ਅਸੀਂ ਦੇਖੀਏ ਵੇਖਿਆ ਥੱਲੇ ਮਲਬਾ ਡਿੱਗਾ ਬੰਦੇ ਉੱਪਰ ਚੜੇ ਹੋਏ ਸਾਰੇ ਉਹ ਥੱਲੇ ਆਏ ਨਹੀਂ ਕੱਢੇ ਨਹੀਂ ਦਾ ਉਹ ਕਹਿੰਦੇ ਜੀ ਸਾਧਨ ਕੋਈ ਨਹੀਂ ਪੌੜੀ ਉੱਪਰ ਚੜ੍ਹਨ ਦਾ ਸਾਧਨ ਹੀ ਕੋਈ ਨਹੀਂ ਗਾ ਇਹ ਲਾਰਨ ਢੋਲ ਆ ਜੀ ਡਾਲੀਮਾ ਦੇ ਸਾਹਮਣੇ ਨਾਲ ਹੀ ਆ ਬੰਦਿਆ ਉਹ ਉੱਪਰ ਛੱਤੀ ਸਾਡੇ ਨਜ਼ਰ ਉਹ ਸਾਰੇ ਹੈਗੇ ਉੱਪਰ ਹੀ ਆ ਸਮਰਾਲਾ ਪੁਲਿਸ ਵੱਲੋਂ ਅੱਜ ਸਵੇਰੇ ਤੜਕੇ ਹੀ ਸ਼ਹਿਰ ਭਰ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਤਹਿਤ ਡੀਐਸਪੀ ਸਮਰਾਲਾ ਵਰਿਆਮ ਸਿੰਘ ਦੀ ਅਗਵਾਈ ਹੇਠ ਸਥਾਨਕ ਬੱਸ ਸਟੈਂਡ ਕਾਰ ਪਾਰਕਿੰਗ ਹੋਟਲਾਂ ਬਾਜ਼ਾਰਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਚੈਕਿੰਗ ਅਭਿਆਨ ਦੌਰਾਨ ਡੀਐਸਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਪੈਸ਼ਲ ਆਪਰੇਸ਼ਨ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਚਲਾਇਆ ਜਾ ਰਿਹਾ ਹੈ ਅੱਜ ਮਾਣਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਇੱਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਉਹਦੇ ਤਹਿਤ ਅਸੀਂ ਐਸਐਸਪੀ ਸਾਹਿਬ ਖੰਨਾ ਦੀਆਂ ਹਦਾਇਤਾਂ ਮੁਤਾਬਕ ਮੈਂ ਡੀਐਸਪੀ ਮਨਦੀਪ ਐਸਐਚਓ ਸਮਰਾਲਾ ਅਤੇ ਕੁਛ ਫੋਰਸ ਸਾਨੂੰ ਬਾਹਰੋਂ ਡੀਪੀਓ ਤੋਂ ਵੀ ਮਿਲੀ ਹੋਈ ਹੈ ਅੱਜ ਅਸੀਂ ਰੇਲਵੇ ਸਟੇਸ਼ਨ ਬੱਸ ਸਟੈਂਡ ਸਰਾਵਾਂ ਹੋਟਲ ਜਿਹੜੇ ਨੇ ਇਹਨਾਂ ਦੀ ਸਪੈਸ਼ਲ ਚੈਕਿੰਗ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਥ੍ਰੈਟਨ ਪਰਸਨ ਨੇ ਉਹਨਾਂ ਦੀ ਸਿਕਿਉਰਿਟੀ ਚੈੱਕ ਕੀਤੀ ਜਾਊਗੀ ਔਰ ਸਪੈਸ਼ਲੀ ਨਾਕਾਬੰਦੀਆਂ ਕਰਕੇ ਅੱਜ ਜਿਹੜੀ ਆ ਅਸੀਂ ਉਹ ਬਾਅਦ ਦੁਪਹਿਰ 3 ਵਜੇ ਤੱਕ ਜਿਹੜਾ ਸਾਡਾ ਸਰਚ ਆਪਰੇਸ਼ਨ ਚੱਲਦਾ ਰਹੂਗਾ ਇਹਦੇ ਵਿੱਚ ਅਸੀਂ ਸਪੈਸ਼ਲੀ ਡਰੱਗ ਨੂੰ ਔਰ ਸਸਪੀਸ਼ੀਅਸ ਜਿਹੜੇ ਸਾਨੂੰ ਲੱਗਦੇ ਆ ਉਹਨਾਂ ਵਾਸਤੇ ਜਿਹੜਾ ਆਪਰੇਸ਼ਨ ਚਲਾਇਆ ਜਾ ਰਿਹਾ ਹੁਣ ਕੁਛ ਬਰਾਮਦ ਵੀ ਹੋਇਆ ਕੁਛ ਪਤਾ ਲੱਗੇ ਨਹੀਂ ਅਜੇ ਸਾਡੀ ਚੈਕਿੰਗ ਸ਼ੁਰੂ ਹੋਈ ਆ ਥੋੜ੍ਹੀ ਦੇਰ ਤੋਂ ਹੀ ਚੱਲ ਰਹੀ ਆ ਦੇਖੋ ਜੇ ਕੋਈ ਚੀਜ਼ ਦੀ ਬਰਾਮਦਗੀ ਹੁੰਦੀ ਆ ਅਸੀਂ ਮੈਸੇਜ ਇਹੀ ਦੇਣਾ ਚਾਹੁੰਦੇ ਹਾਂ ਕਿ ਲੋਕ ਡਰੱਗ ਤੋਂ ਬਾਜ਼ ਆ ਜਾਣ ਜਿਹੜਾ ਆਮ ਪਬਲਿਕ ਆ ਉਹਨੂੰ ਕੋਈ ਪਰੇਸ਼ਾਨੀ ਨਾ ਆਵੇ ਔਰ ਕੋਈ ਸਮਗਲਰ ਬਚ ਕੇ ਨਾ ਨਿਕਲ ਸਕੇ ਔਰ ਪਬਲਿਕ ਨੂੰ ਵੀ ਇਹੀ ਸੰਦੇਸ਼ ਦੇਵਾਂਗੇ ਕਿ ਆਮ ਟ੍ਰੈਫਿਕ 'ਚ ਕੋਈ ਪ੍ਰੋਬਲਮ ਨਹੀਂ ਆਊਗੀ ਲੇਕਿਨ ਜੇ ਕੋਈ ਇੱਦਾਂ ਡਰੱਗ ਲਿਜਾਂਦਾ ਵੀ ਆ ਤਾਂ ਉਹਦੀ ਜ਼ਰੂਰ ਇਨਫੋਰਮੇਸ਼ਨ ਅੱਜ ਜ਼ਿਲ੍ਹਾ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੇ ਘਰ ਦੇ ਸਾਹਮਣੇ 8736 ਕੱਚੇ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਘਿਰਾਓ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਜਦੋਂ ਉਹ ਅਧਿਆਪਕਾਂ ਨੇ ਭਗਵੰਤ ਮਾਨ ਦੇ ਘਰ ਦੇ ਵਿੱਚ ਕੁਝ ਕਰਨਾ ਚਾਹਿਆ ਤਾਂ ਵੱਡੇ ਪੱਧਰ 'ਤੇ ਪੁਲਿਸ ਬਲ ਨੇ ਉਹਨਾਂ ਨੂੰ ਰੋਕ ਦਿੱਤਾ ਜਿਸ ਤੋਂ ਬਾਅਦ ਕੱਚੇ ਅਧਿਆਪਕਾਂ ਦੇ ਨਾਲ ਧੱਕਾ ਮੁੱਕੀ ਵੀ ਹੋਈ ਅਤੇ ਇਸ ਦੇ ਨਾਲ ਹੀ ਕਈ ਲੋਕਾਂ ਦੀਆਂ ਪੱਗਾਂ ਤੱਕ ਵੀ ਲਾਈਆਂ ਗਈਆਂ ਇਸ ਦੇ ਨਾਲ ਹੀ ਕਈ ਕੱਚੇ ਮੁਲਾਜ਼ਮਾਂ ਜਿਨ੍ਹਾਂ ਵਿੱਚੋਂ ਔਰਤਾਂ ਵੀ ਸ਼ਾਮਿਲ ਸਨ ਕੁੱਟਮਾਰ ਕੀਤੀ ਆ ਅਸੀਂ ਆਪਣੇ ਹੱਕ ਮਾਰਗ ਮੰਗ ਰਹੇ ਹਾਂ ਪੱਗ ਕਿੱਥੇ ਗਈ ਸਰਕਾਰ ਮੇਰੀ ਪੱਗ ਪੁਲਿਸ ਵਾਲੇ ਨੇ ਤਾਂ ਮੈਨੂੰ ਭੀੜ ਦੇ ਵਿੱਚ ਪੱਗ ਕੁੱਟਿਆ ਮੇਰਾ ਗੁਰਪ੍ਰੀਤ ਗੁਰੀ ਨਾਮ ਆ ਪਟਿਆਲੇ ਤੋਂ ਆਗੂ ਗੌਰਮੈਂਟ ਟੀਚਰ ਯੂਨੀਅਨ ਪੰਜਾਬ ਅਸੀਂ 8736 ਜਿਹੜੇ ਕੱਚੇ ਅਧਿਆਪਕ ਨੇ ਜਿਹੜੇ ਢੰਗ ਨਾਲ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਰੈਗੂਲਰ ਸ਼ਬਦ ਦਾ ਨਾਂ ਦੇ ਕੇ ਪੱਕੇ ਕਰਨ ਦੀ ਗੱਲ ਕਹੀ ਜਾ ਰਹੀ ਆ ਇਹਨੂੰ ਮੁਕੰਮਲ ਤੌਰ 'ਤੇ ਰੱਦ ਕਰਦੇ ਹਾਂ ਇਹ ਕੋਈ ਪੱਕੀ ਠੱਕੀ ਨੀਤੀ ਨਹੀਂ ਇਹ ਕੇਵਲ ਵਕਜਵੀ ਤਨਖਾਹ 'ਤੇ ਇਸ ਤਰ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨਾ ਇਹ ਬਿਲਕੁਲ ਠੀਕ ਨਹੀਂ ਅਸੀਂ ਮੰਗ ਕਰਦੇ ਹਾਂ ਕਿ CSR ਅਧੀਨ ਇਹਨਾਂ ਸਾਰੇ ਜਿਹੜੇ ਕੱਚੇ ਅਧਿਆਪਕ ਨੇ ਅਤੇ ਪੰਜਾਬ ਸਰਕਾਰ ਦੇ ਹੋਰਾਂ ਵਿਭਾਗਾਂ 'ਚ ਮੁਲਾਜ਼ਮ ਨੇ ਸਾਰਿਆਂ ਨੂੰ CSR ਅਧੀਨ ਲਿਆ ਕੇ ਪੂਰੇ ਸਕੇਲ ਦੇ ਵਿੱਚ ਰੈਗੂਲਰ ਕੀਤਾ ਜਾਵੇ ਅਸੀਂ ਜਦੋਂ ਤੱਕ ਵੀ ਇਹ ਸੰਘਰਸ਼ ਚੱਲੂਗਾ ਗੌਰਮੈਂਟ ਟੀਚਰ ਯੂਨੀਅਨ ਹਮੇਸ਼ਾ ਇਸ ਸੰਘਰਸ਼ ਦੇ ਅੰਗ ਸੰਗ ਰਹੂਗੀ ਬਹੁਤ ਬਹੁਤ ਧੰਨਵਾਦ ਅਸੀਂ ਇਹਦੀ ਨਿੰਦਾ ਕਰਦੇ ਹਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੱਚੇ ਅਧਿਆਪਕ ਯੂਨੀਅਨ ਦੀ ਲੀਡਰਸ਼ਿਪ ਨਾਲ ਮਿਲ ਬੈਠ ਕੇ 2-3 ਗੱਲਬਾਤ ਰਾਹੀਂ ਮਸਲੇ ਦਾ ਜਿਹੜਾ ਹੱਲ ਆ ਉਹ ਕੀਤਾ ਜਾਣਾ ਚਾਹੀਦਾ ਇਸ ਤਰ੍ਹਾਂ ਦਾ ਜਿਹੜਾ ਧੱਕਾ ਉਹ ਨਿੰਦਣਯੋਗ ਆ ਅਸੀਂ ਇਹਦੀ ਬਹੁਤ ਬਹੁਤ ਨਿਖੇਧੀ ਕਰਦੇ ਹਾਂ ਸਤਵਿੰਦਰ ਕੌਰ ਮੋਹਾਲੀ ਜ਼ਿਲ੍ਹੇ ਤੋਂ ਜੀ ਅੱਜ ਧਰਨਾ ਲਗਾਇਆ ਕੀ ਕਰ ਰਹੇ ਹੋ ਹਾਂਜੀ ਅੱਜ ਧਰਨਾ ਲਗਾਇਆ ਕਿਉਂ ਲਗਾਇਆ ਸਰ ਕਿਉਂ ਲਗਾਇਆ 15 ਸਾਲ ਹੋ ਗਏ ਸਾਨੂੰ ਕੱਚੇ ਟੀਚਰ ਕੰਮ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀਗਾ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਅਸੀਂ ਪੱਕਾ ਕਰਾਂਗੇ ਸਾਡਾ ਪਿਛਲੇ ਸਾਲ ਜੂਨ ਦੇ ਵਿੱਚ ਮੋਹਾਲੀ ਧਰਨਾ ਚੱਲਦਾ ਸੀਗਾ ਉਸ ਟਾਈਮ ਖੁਦ ਕੇਜਰੀਵਾਲ ਸਾਹਿਬ ਆਏ ਸੀਗੇ ਸਾਨੂੰ ਪੰਜਾਬ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਆਏ ਸੀ ਅਨਮੋਲ ਗਗਨ ਮਾਨ ਵੀ ਮੈਡਮ ਆਏ ਸੀਗੇ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਾਨੂੰ ਲੈ ਕੇ ਆਓ ਸਾਡੇ ਮੁਲਾਜ਼ਮਾਂ ਨੂੰ ਵੋਟਾਂ ਪਾਓ
तुहानू असीं आंदे ही पक्के करांगे। हुण वी 10 महीने हो चुके ने यही लारा लांदे होए असीं पक्के करे गुजरात तक हिमाचल तक हरियाणे तक जलंधर दीआं वोटां तक इन्हां ने जित लईआं सिर्फ साडे वोट बदौलत। साडी तनखाह किन्नी वधाई सिर्फ 23,000 रुपया। 23,000 दे नाल की बणेगा ते ना ही सानूं कोई पत्ता है ना ही सानूं कोई रैगूलर दी पॉलिसी है कुछ नहीं है। जिहड़ी 780 दी पॉलिसी बनाई सीगी उहदे विच कुछ नहीं इन्हां ने कीता। उक्का पुक्का तनखाह वधाई आ साडी जो कि असीं बिल्कुल इहदे बद खिलाफ। तुसीं कुछ 40-40 साल दे होगे 20-20 साल दी साडी सर्विस रहेगी उहदे वास्ते की करेंगे उक्की पुक्की तनखाह दे नाल? साडा कोई गुजारा नहीं उक्की पुक्की तनखाह दे नाल। ठीक है ना, साडे बच्चे भी रोज़ सानूं पुछदे आ, मेरा बेटा रोज़ सानूं पुछदा है कि मम्मा तुसीं कदों पक्के होणा। ਭਗਵੰਤ ਮਾਨ ਕਹਿੰਦਾ ਸੀਗਾ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਗੇ। ਕਿਹੜੇ ਤਰੀਕੇ ਨਾਲ ਪੱਕੇ ਕਰਨੇ ਇਹਨਾਂ ਨੇ? ਕਿੱਥੇ ਕਹਿੰਦਾ ਡ੍ਰੀਮ ਪ੍ਰੋਜੈਕਟ? ਮੀਟਿੰਗਾਂ ਕਰ ਕਰਕੇ ਹਾਂਜੀ ਅਸੀਂ ਕਰਦੇ ਹਾਂ ਜੀ। ਉਹ ਸਿੱਖਿਆ ਮੰਤਰੀ ਆ, ਉਹਦੇ ਕੋਲ ਕੀ ਹੋਰ ਕੋਈ ਗੱਲੇ ਨਹੀਂ? ਹਾਂਜੀ ਬ੍ਰਦਰ ਹੋ ਗਿਆ ਜੀ, ਬ੍ਰਦਰ ਕਰਿਆ ਵਾ ਬ੍ਰਦਰ। ਉਹ ਯਾਰ ਸਾਨੂੰ ਕੁਝ ਦਿਖਾਓ ਤਾਂ ਸਹੀ, ਸਾਨੂੰ ਕੋਈ ਦੋ ਤਾਂ ਸਹੀ, ਸਾਡੇ ਹੱਥਾਂ 'ਚ ਕੁਝ ਆਵੇ ਤਾਂ ਸਹੀ। ਅਸੀਂ ਵੀ ਆਪਣੇ ਘਰਦਿਆਂ ਨੂੰ ਕਹੀਏ ਵੀ ਆਹ ਦੇਖ ਲਓ ਪੁੱਤ ਅਸੀਂ ਪੱਕੇ ਹੋ ਗਏ। ਅਸੀਂ ਆਪਣੇ ਮਾਪਿਆਂ ਨੂੰ ਕਹੀਏ ਜਦੋਂ ਤੱਕ ਸਾਡਾ ਰੈਗੂਲਰ ਨਹੀਂ ਹੁੰਦੇ, ਜਦੋਂ ਤੱਕ ਰੈਗੂਲਰ ਹੋਣ ਦੇ ਆਰਡਰ ਨਹੀਂ ਮਿਲਦੇ, ਜੋ ਪਾਲਿਸੀ ਦੇ ਵਿੱਚ ਹੈਗਾ ਸਾਰਾ ਕੁਝ, ਸੀਆਰਐਸ ਰੂਲ ਲਾਗੂ ਨਹੀਂ ਹੁੰਦੇ, ਜੋ ਜੋ ਕੁਝ ਇਹਨਾਂ ਨੇ ਪਾਲਿਸੀ ਦੇ ਵਿੱਚ ਕਿਹਾ, ਜਦੋਂ ਤੱਕ ਉਹ ਸਾਰਾ ਕੁਝ ਨਹੀਂ ਮਿਲਦਾ ਅਸੀਂ ਨਹੀਂ ਹੁੰਦੇ ਧਰਨਾ ਚੱਕਦੇ। ਅੱਜ ਦਾ ਸਿਰਫ ਇੱਕ ਬੰਦਾ ਬੈਠਾ ਚੰਨ ਟੈਂਕੀ ਤੇ, ਹੋਏ ਗਿਆ ਨਾਲ ਟਾਈਮ ਨਾਲ ਪੂਰੀ ਟੈਂਕੀ ਭਰੇਗੀ। ਪੰਜਾਬ ਦੇ ਜਿੰਨੇ ਵੀ ਕੱਚੇ ਮੁਲਾਜ਼ਮ ਹੈ ਨਾ ਸਾਰੇ ਟੈਂਕੀ ਚੜ੍ਹਨਗੇ। ਅਗਲਾ ਨੰਬਰ ਮੇਰਾ ਹੀ ਹੈ, ਕੋਈ ਗੱਲ ਨਹੀਂ, ਮੈਂ ਸਰਕਾਰ ਨੂੰ ਚੇਤਾਵਨੀ ਦੇ ਰਹੀ ਹਾਂ, ਅਗਲਾ ਨੰਬਰ ਸਾਡਾ ਹੀ ਹੈ। ਹੁਣ ਲੇਡੀ ਸਟਾਫ ਸਾਹਿਬ ਜਿੰਨੀਆਂ ਵੀ ਲੇਡੀਜ਼ ਹੈ ਨਾ ਸਾਰੀਆਂ ਉੱਥੇ ਜਾ ਕੇ ਬੈਠਣਗੀਆਂ, ਕਿਉਂਕਿ ਕੀ ਮਿਲਦਾ ਘਰ ਜਾ ਕੇ ਵੀ? ਘਰ ਜਾ ਕੇ ਵੀ ਉਹੀ ਚਿੱਤਰ, ਬਾਹਰ ਆ ਕੇ ਵੀ ਉਹੀ ਚਿੱਤਰ। ਪੁਲਿਸਾਂ ਦੀ ਗਲਤੀ ਨੇ, ਜੈਂਟਸ ਨੇ ਕੀ ਵੀ ਹੱਥ ਪਾਇਆ ਸਾਨੂੰ। ਬਹੁਤ ਮਾੜਾ ਹਾਲ ਹੈ ਪੰਜਾਬ ਪ੍ਰਸ਼ਾਸਨ ਦਾ ਵੀ ਤੇ ਪੁਲਿਸ ਪ੍ਰਸ਼ਾਸਨ ਦਾ ਵੀ, ਤੇ ਜਦੋਂ ਤੱਕ ਇਹ ਸਾਨੂੰ ਪੱਕੇ ਨਹੀਂ ਨਾ ਕਰਦੀ, ਸੀਆਰਐਸ ਰੂਲ ਨਹੀਂ ਲਾਗੂ ਕਰਦੀ ਸਾਡੇ ਤੇ ਜੋ ਸਾਡੀ ਪਾਲਿਸੀ ਹੈ ਉਹਦੇ ਅਕੋਰਡਿੰਗ ਸਾਨੂੰ ਸਾਰਾ ਕੁਝ ਨਹੀਂ ਦਿੰਦੀ, ਸਾਡਾ ਧਰਨਾ ਇੱਕੜੇ ਚੱਲੇਗਾ। ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਡੀਐਸਪੀ ਅਮਲੋ ਜੰਗਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਲੁਟੇਰੇ 23 ਜੂਨ ਨੂੰ ਕਮਾਨੀਦਾਰ ਚਾਕੂ ਤੇ ਕੱਪੜਾ ਪਾ ਕੇ ਪਿਸਤੌਲ ਹੋਣ ਦਾ ਡਰਾਵਾ ਦੇ ਕੇ ਮੰਡੀ ਗੋਬਿੰਦਗੜ੍ਹ ਅਮਲੋ ਰੋਡ ਤੇ ਰਾਤ ਸਮੇਂ ਇੱਕ ਗੋਦਾਮ ਵਿੱਚੋਂ ਲੋਹਾ ਸਕ੍ਰੈਪ ਦੀ ਰਕਮ ਇਕੱਠੀ ਕੀਤੀ ਹੋਈ ਲਗਭਗ 10 ਲੱਖ ਦੀ ਲੁੱਟ ਕੇ ਫਰਾਰ ਹੋ ਗਏ ਸਨ। ਲੁੱਟ ਖੋਹ ਦਾ 23 ਤਰੀਕ ਨੂੰ ਪਿਛਲੇ ਮਹੀਨੇ ਜਿਹੜਾ ਜੂਨ 23 ਨੂੰ ਇੱਕ ਅਮਲੋ ਰੋਡ 'ਤੇ ਗਡਾਊਨ ਆ, ਉੱਥੇ ਰਾਤ ਨੂੰ ਕੋਈ ਬੰਦੇ 3-4 ਉਹਨਾਂ ਨੂੰ ਕਨਫਿਊਜ਼ਨ ਆ ਜੇ ਵੀ 4 ਸੀਗੇ, ਪਰ ਹੁਣ ਸਾਨੂੰ ਪਤਾ ਲੱਗਿਆ ਵੀ 3 ਸੀ, ਇੰਟਰੋਗੇਸ਼ਨ ਤੋਂ ਪਤਾ ਲੱਗਿਆ ਉਹ ਬੰਦੇ ਗਡਾਊਨ 'ਚ ਦਾਖਲ ਹੋਏ ਅਤੇ ਉਹਨਾਂ ਨੇ ਉਹ ਚਾਕੂ, ਉਦੋਂ ਕਹਿੰਦੇ ਸੀਗੇ ਵੀ ਪਿਸਤੌਲ ਨੂੰ ਬਸ, ਪਰ ਇਹਨਾਂ ਨੇ ਉਹ ਸੀਗੇ ਚਾਕੂ ਕਮਾਨੀਦਾਰ, ਇਹਨਾਂ ਨੇ ਉੱਤੇ ਕੱਪੜਾ ਪਾਇਆ ਹੋਇਆ ਸੀਗਾ, ਉਹਦੇ ਉੱਤੇ ਉਹ ਦੇਖਣ ਨੂੰ ਪਿਸਤੌਲ ਲੱਗਦਾ ਸੀ, ਉਹਨਾਂ ਨੇ ਡਰਾਇਆ ਵੀ ਪਿਸਤੌਲ ਕਰਕੇ ਹੀ ਅਤੇ ਉਹ ਦਿਖਾ ਕੇ ਉਹਨਾਂ ਕੋਲ ਜਿਹੜੀ ਉਹਨਾਂ ਨੇ ਉਹਦੀ ਸਕ੍ਰੈਪ ਦੀ ਰਕਮ ਇਕੱਠੀ ਕੀਤੀ ਸੀ 10 ਲੱਖ ਰੁਪਈਆ, ਕਰੀਬ 10 ਲੱਖ ਰੁਪਈਆ ਉਹ ਲੈ ਗਏ, ਲੁੱਟ ਕੇ ਲੈ ਗਏ। ਫਿਰ ਉਹਨਾਂ ਨੇ ਪਹਿਲਾਂ ਤਾਂ ਆਪਣੀ ਉਹ ਕਿਹੜੀ ਗੱਲੋਂ ਉਹਨਾਂ ਨੇ ਇਨਫੋਰਮੇਸ਼ਨ ਨਹੀਂ ਦਿੱਤੀ, ਫਿਰ ਸਾਨੂੰ 26 ਤਰੀਕ ਨੂੰ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ 26 ਤਰੀਕ ਨੂੰ ਵੀ ਸਾਡੇ ਨਾਲ ਇੱਦਾਂ ਇੱਦਾਂ ਹੋ ਗਿਆ। ਫਿਰ ਸਾਡੇ SHO ਸਾਹਿਬ ਨੇ ਮਿਹਨਤ ਕੀਤੀ, ਇਹਨਾਂ ਦੀ ਟੀਮ ਨੇ ਪੂਰੀ ਮਿਹਨਤ ਕੀਤੀ, CCTV ਕੈਮਰੇ ਚੈੱਕ ਕਰਦੇ ਹੋਏ ਦੋਸ਼ੀਆਂ ਦਾ ਪਤਾ ਲਵਾਇਆ ਅਤੇ ਸਾਰਾ ਉਹਨਾਂ ਦਾ ਕਿੱਥੇ ਰਹਿੰਦੇ ਆ ਕੀ ਉਹ ਸਾਰਾ ਰਿਕਾਰਡ ਇਕੱਠਾ ਕਰ ਲਿਆ। ਉਸ ਤੋਂ ਬਾਅਦ ਜਦੋਂ ਪਤਾ ਦੋਸ਼ੀਆਂ ਦਾ ਪਤਾ, ਇਹਨਾਂ ਦੀ ਫੋਨ ਫਾਨ ਲੈ ਕੇ ਲੋਕੇਸ਼ਨ ਵੇਖੀ, ਉਹ ਲੋਕੇਸ਼ਨ ਦਿੱਲੀ ਦੀ ਆਉਂਦੀ ਸੀਗੀ ਅਤੇ ਫਿਰ ਇਹ ਪਰਸੋਂ ਵਾਪਸ ਇਹ ਬੰਦੇ ਇੱਥੇ ਗੋਬਿੰਦਗੜ੍ਹ ਆਏ। ਜਦੋਂ ਵਾਪਸ ਗੋਬਿੰਦਗੜ੍ਹ ਆਏ ਤਾਂ ਸਾਨੂੰ SHO ਸਾਹਿਬ ਨੂੰ ਇਨਫੋਰਮੇਸ਼ਨ ਮਿਲੀ ਅਤੇ ਫਿਰ ਇਹਨਾਂ ਨੇ ਆਪਣੀ ਟੀਮ ਨਾਲ ਰਲ ਕੇ 2 ਬੰਦੇ ਗ੍ਰਿਫਤਾਰ ਕਰ ਲਏ। ਉਹਨਾਂ ਦਾ ਨਾਂ ਹੈਗਾ, ਇੱਕ ਦਾ ਨਾਂ ਹੈਗਾ ਕਿਰਨਦੀਪ ਕ੍ਰਿਸ਼ਨ, ਇਹ ਵੀ ਦਿੱਲੀ ਤੋਂ ਹੀ ਹੈ। ਦੂਜੇ ਦਾ ਨਾਂ ਹੈਗਾ ਸਲਮਾਨ ਖਾਨ, ਇਹ ਵੀ ਦਿੱਲੀ ਤੋਂ ਹੀ ਹੈ। ਜਿਹੜਾ ਸਲਮਾਨ ਖਾਨ ਆ, ਇਹ 'ਤੇ ਪਹਿਲਾਂ 2 ਪਰਚੇ ਆਲਰੇਡੀ ਡਕੈਤੀ ਦੇ ਪਹਿਲਾਂ ਦਰਜ ਹੈ, ਆਹ ਤੀਜਾ ਪਰਚਾ ਇਹਦੇ 'ਤੇ। ਰਿਕਵਰੀ ਸਾਡੇ ਕੋਲ 7,70,000 ਰੁਪਈਆ। ਹਲਕਾ ਬਲਾਚੌਰ ਵਿਖੇ ਆਪ ਸਰਕਾਰ ਬਦਲਾਅ ਦਾ ਲੱਕ ਟੁੱਟਣਾ ਸ਼ੁਰੂ ਹੋ ਗਿਆ ਅਤੇ ਇਹ ਕਹਿਣਾ ਹੈ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਦਾ। ਬੀਤੇ ਕੱਲ੍ਹ ਕਾਂਗਰਸ ਪਾਰਟੀ ਦਫ਼ਤਰ ਵਿਖੇ ਪਿੰਡ ਉਦਨਵਾਲ ਤੋਂ ਚੌਧਰੀ ਮਹਿੰਦਰਪਾਲ ਜੀ ਭਾਰੀ
ਜਥੇ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਹੋਏ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਚੌਧਰੀ ਮਹਿੰਦਰਪਾਲ ਅਤੇ ਉਹਨਾਂ ਦੇ ਸਾਥੀਆਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਸਮੇਂ ਨਿੱਘਾ ਸਵਾਗਤ ਕੀਤਾ। ਜਿਹੜਾ ਲਾਸਟ ਇਲੈਕਸ਼ਨ ਸੀਗਾ ਜ਼ਿਆਦਾ ਕਾਂਗਰਸ ਨਾਲ ਸੀਗੇ, ਇਹਨਾਂ ਦੇ ਕਟਾਰੀਆ ਪਰਿਵਾਰ ਨਾਲ ਪਰਿਵਾਰਿਕ ਸੰਬੰਧ ਸੀਗੇ ਉਹਦੇ ਜ਼ਿਆਦਾ। 2022 ਦਾ ਇਲੈਕਸ਼ਨ ਹੋਇਆ ਜਦ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੇ ਮੈਂ ਕਹਿੰਦਾ ਕਿ ਸਭ ਤੋਂ ਪਹਿਲੇ ਜਿਹੜੇ ਵਰਕਰ ਸੀਗੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਚੱਲੇ, ਜਿਨ੍ਹਾਂ ਦੇ ਬੇਸ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਜਿਨ੍ਹਾਂ ਨੇ ਉਹਨਾਂ ਦੀ ਨੀਂਹ ਮਜ਼ਬੂਤ ਕੀਤੀ ਅੱਜ ਦੇ ਦਿਨ। ਪਰ ਉੱਥੇ ਦੇ ਆਮ ਆਦਮੀ ਪਾਰਟੀ ਦੇ ਹਾਲਾਤ ਦੇਖ ਕੇ ਕਿ ਹੁੰਦਾ ਕੀ ਪਿਆ, ਭ੍ਰਿਸ਼ਟਾਚਾਰ ਵਿੱਚ ਆਮ ਆਦਮੀ ਪਾਰਟੀ ਲਿਪਤ ਹੈ। ਚਾਹੇ ਅਸੀਂ ਆਪਣੀ ਵਿਧਾਇਕਾ ਜੀ ਦੀ ਗੱਲ ਕਰ ਲਈਏ, ਪਿਛਲੇ ਸਾਲ ਤੋਂ ਮਾਈਨਿੰਗ ਦੇ ਅੱਡ ਅੱਡ ਕੇਸ ਹੈ ਜਿਹੜੇ ਲੱਗਦੇ ਪਏ ਹੈ ਕਿ ਕਿਤੇ ਮਾਈਨਿੰਗ ਦਾ ਕੁਛ ਚੱਲਦਾ, ਕਿਤੇ ਕੋਈ ਗੱਲ ਹੁੰਦੀ ਪਈ ਹੈ। ਜਾਂ ਅਸੀਂ ਸਕੂਲ ਦੇ ਜਿਹੜੇ ਇਹਨਾਂ ਨੇ ਸਾਡੇ ਅਪਗ੍ਰੇਡ ਹੋਏ ਸੀ ਉਹ ਕੈਂਸਲੇਸ਼ਨ ਦੀ ਗੱਲ ਕਰ ਲਈਏ, ਫੰਡਸ ਦੀ ਗੱਲ ਕਰ ਲਈਏ, ਪਰਟੀਕੁਲਰ ਅਗਰ ਸ਼ਹਿਰ ਦੀ ਵੀ ਗੱਲ ਕਰ ਲਈਏ, ਜੋ ਫੰਡ ਕਾਂਗਰਸ ਪਾਰਟੀ ਦੇ ਟਾਈਮ 'ਤੇ ਆਇਆ ਹੋਇਆ ਸੀਗਾ ਉਹ ਫੰਡ ਇਹਨਾਂ ਨੇ ਵਾਪਸ ਭੇਜ ਦਿੱਤਾ। ਚਾਹੇ ਅਸੀਂ ਸਕਿੰਗ ਮਸ਼ੀਨ ਦੀ ਗੱਲ ਕਰ ਲਈਏ ਜਿਹੜੀ ਸੀਵਰੇਜ ਦੀ ਹੈ 40 ਲੱਖ ਰੁਪਏ ਦੀ ਯੂਜ਼ ਹੁੰਦੀ ਹੈ, ਜਾਂ ਸਾਡੇ ਮਨੀਸ਼ ਤਿਵਾਰੀ ਜੀ ਮੈਂਬਰ ਆਫ ਪਾਰਲੀਮੈਂਟ ਨੇ ਸ਼ਬ ਵਾਹਣ ਲਈਏ 15 ਲੱਖ ਰੁਪਇਆ ਦਿੱਤਾ ਸੀ, ਵਿਧਾਇਕਾ ਜੀ ਨੇ ਬਰਤਨ ਨਹੀਂ ਦਿੱਤਾ ਹੈਗਾ। ਕਿ ਪਹਿਲਾ ਸਮਝਦਾ ਤਾਂ ਹੋਣਾ ਕਿ ਜਿਹੜੇ ਬਲਾਚੌਰ ਵਿੱਚ ਫੰਡ ਆਏ ਹੋਏ ਹੈ ਵਿਧਾਇਕਾ ਜੀ ਦੀ ਨਲੈਕੀ ਕਰਕੇ ਵਾਪਸ ਜਾਂਦੇ ਪਏ ਹੈ। ਇਸ ਕਰਕੇ ਵਰਕਰਾਂ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਸ ਵਿੱਚ ਰੋਸ਼ ਹੈ, ਇਸ ਕਰਕੇ ਉਹ ਸਾਰੇ ਆਮ ਆਦਮੀ ਪਾਰਟੀ ਨੂੰ ਅੱਜ ਤੱਕ। ਰੋਪੜ ਵਿੱਚ ਸਿਰਫ 11,000 ਰੁਪਏ ਲਈ ਇੱਕ ਪ੍ਰਵਾਸੀ ਮਜ਼ਦੂਰ ਦਾ ਕਤਲ ਕਰ ਦਿੱਤਾ ਗਿਆ। ਨਾਂਗਲ ਬਾਈਪਾਸ ਨੇੜੇ ਨਹਿਰ 'ਤੇ ਇੱਕ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲਦੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਮਾਮਲਾ ਕਤਲ ਦਾ ਨਿਕਲਿਆ। ਜਿਸ ਦੇ ਸੰਬੰਧ ਵਿੱਚ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਅਰਵਿੰਦ ਵਾਸੀ ਉੱਤਰ ਪ੍ਰਦੇਸ਼ ਦੋਸ਼ੀ ਹਰਨੇਸ਼ 11,000 ਰੁਪਏ ਲੈਣੇ ਸਨ ਅਤੇ ਬੀਤੀ ਰਾਤ ਸ਼ਰਾਬ ਪੀਂਦੇ ਹੋਏ ਦੋਵਾਂ ਵਿਚਕਾਰ ਝਗੜਾ ਹੋ ਗਿਆ ਅਤੇ ਹਰਮੇਸ਼ ਨੇ ਭਾਰੀ ਪੱਥਰ ਮਾਰ ਕੇ ਅਰਵਿੰਦ ਦਾ ਕਤਲ ਕਰ ਦਿੱਤਾ ਅਤੇ ਪੁਲਿਸ ਨੇ ਦੋਸ਼ੀ ਹਰਮੇਸ਼ ਨੂੰ ਵੀ ਗ੍ਰਿਫਤਾਰ ਕਰ ਲਿਆ। ਦੇਖੋ ਜੀ, ਮੇਰੇ ਭਾਈ ਨੇ ਬਾਈ ਬੇਟੀ ਤੋ ਤੈਨੂੰ ਮਤਲਬ ਪੈਸੇ ਥੇ ਮੇਰੇ ਭਾਈ ਦੇ ਪਾਸ ਤੋ ਨਹੀਂ, ਇਹ 2-3 ਬੰਦੇ ਮੇਰੇ ਭਾਈ ਨੂੰ ਪੈਸੇ ਮੰਗਦੇ ਸੀ ਮੇਰੇ ਭਾਈ ਸੇ, ਮੇਰੇ ਭਾਈ ਨੇ ਜਵਾਬ ਦੇ ਦਿਆ ਤਾਂ ਮੇਰੇ ਪਾਸ ਪੈਸੇ ਹੈ ਨਹੀਂ, ਇਸਨੇ ਮਤਾ ਸਰ ਦੀਆ ਮੇਰੇ ਭਾਈ ਦਾ ਈਟ ਮਾਰੀ ਮੂੰਹ ਪੈ ਸੀਨੇ ਪਰ ਈਟ ਮਾਰੀ ਮਾਰ ਮਾਰ ਸੇ ਸ਼ਰਾਨ ਮਾਰਤੇ ਸੀ ਪਾਣੀ ਮੈਂ ਦਮ ਨੇਲੇ ਤੋ ਮੇਰਾ ਭਾਈ ਤੋ ਵੀ ਉੱਠਿਓ, ਇਹਨੇ ਦੁਬਾਰਾ ਕੋਸ਼ਿਸ਼ ਕਰੀ ਤਾਂ ਹੋਰ ਬੰਦੋ ਨੇ ਦੇਖ ਲਿਆ, ਉਹ ਬੰਦੋ ਨੇ ਮੈਨੂੰ ਫੋਨ ਆਇਆ, ਮੈਂ ਨਾ ਦੱਸਾ ਤਾਂ ਬਈ ਐਸੀ ਐਸੀ ਬਾਤ ਹੋਈ ਆਪਣੇ ਡੈਡੀ ਨੂੰ ਦੱਸਿਆ ਮੈਂ ਤੋ ਤੈਨੂੰ ਮਤਲਬ ਮੈਂ ਡੈਡੀ ਬੋਲਾ ਤੋਈ ਬਾਤ ਨਹੀਂ ਮੈਂ ਆਤਾ ਹੂੰ ਤੋ ਭਾਈ ਇਤਨੀ ਵਾਰ ਤਾਂ ਮੈਨੂੰ ਪਤਾ ਹੈ ਲੈਣ ਦੇਣ ਦਾ ਪੈਸੇ ਦਾ ਤੋਈ ਪਤਾ ਨਹੀਂ ਹਾਂ, ਹਰੇ ਇਹ ਪੈਸੇ ਥੇ ਰਿਸ਼ਤੇ ਪਾਸ ਬਾਹਰ ਵੇਚੀ ਇਤਨਾ ਪਤਾ ਹੈ ਮੈਨੂੰ, ਅਰੇ ਯਾਰ ਬਾਰੇ ਮੈਂ ਮੈਨੂੰ ਪਤਾ ਨਹੀਂ ਜੀ, ਮੈਂ ਆਪ ਨਹੀਂ ਆਇਆ ਹਾਂ, ਫਿਰ ਮੈਨੂੰ ਇਹ ਪਤਾ ਚਲਾ ਤਾਂ ਬਈ ਐਸੀ ਇੰਨਾ ਹੋਊਗਾ ਤੋ ਵੀ ਮੈਂ ਪਤਾ ਰਿਹਾ ਤੋ ਪਤਾ ਨਹੀਂ ਚਲਾ, ਇਹ ਪਤਾ ਚਲਾ ਮੈਨੂੰ ਤਾਂ ਮੋੜੇ ਹਾਲ ਵੇਚੀ ਬਈ ਪੈਸੇ ਮੰਗਦੇ ਹੈ ਇਸੇ ਦਾਰੂ ਪੀਣੇ ਲੈ ਤੋ ਇਸਨੇ ਦਿਆ ਨਹੀਂ ਬਾਈ ਇਤਨਾ ਪਤਾ ਨਹੀਂ। ਕਾਠਗੜ੍ਹ ਪੁਲਿਸ ਨੇ ਹਾਈਟੈਕ ਨਾਕੇ ਤੋਂ 480 ਬੋਤਲਾਂ ਨਜਾਇਜ਼ ਸ਼ਰਾਬ ਤੇ ਇੱਕ ਕਾਰ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ। ਨਵਾਂਸ਼ਹਿਰ SSP ਸ਼ਹੀਦ ਭਗਤ ਸਿੰਘ ਨਗਰ ਭਾਗੀਰਥ ਸਿੰਘ ਮੀਣਾ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਸਖਤੀ ਨਾਲ ਪਾਲਣਾ ਕਰਦੇ ਹੋਏ ਥਾਣਾ ਕਾਠਗੜ੍ਹ ਦੇ SHO ਇੰਸਪੈਕਟਰ ਪਰਮਿੰਦਰ ਸਿੰਘ ਰਾਏ ਅਤੇ ਚੌਂਕੀ ਇੰਚਾਰਜ SI ਸਤਨਾਮ ਸਿੰਘ ਨੇ ਨਾਕੇਬੰਦੀ ਦੌਰਾਨ ਇੱਕ ਕਾਰ ਸਮੇਤ 480 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਨੌਜਵਾਨ ਨੂੰ ਕਾਬੂ ਕੀਤਾ। 1984 ਵਿੱਚ ਹਰਿਆਣਾ ਵਿਖੇ ਹੋਏ ਸਿੱਖਾਂ ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਲੰਮੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਹੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਹਰਿਆਣਾ ਦੇ ਗੁੜਗਾਓਂ ਅਤੇ ਪਟੌਦੀ 'ਚ ਹੋਏ 47 ਸਿੱਖਾਂ ਦੇ ਕਤਲੇਆਮ ਸਮੇਤ 83 ਹੋਰ ਪੀੜਤਾਂ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਤੋਂ ਹਰਿਆਣਾ ਹਾਈਕੋਰਟ 'ਚ ਦਾਇਰ ਕੀਤੇ 133 ਮਾਮਲਿਆਂ ਦੀ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸੁਣਵਾਈ 4 ਜੁਲਾਈ ਨੂੰ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਹੋਂਦ ਚਿੱਲੜ ਵਿੱਚ 32 ਸਿੱਖਾਂ ਦੇ ਕਤਲੇਆਮ ਦੇ ਮਾਮਲੇ ਦੀ ਲੜਾਈ ਦੇ ਨਾਲ ਨਾਲ ਹੁਣ ਗੁੜਗਾਓਂ ਅਤੇ ਪਟੌਦੀ ਵਿੱਚ ਹੋਏ 47 ਸਿੱਖਾਂ ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਇਹ ਕਾਨੂੰਨੀ ਚਾਰਜੋਈ ਰਾਹੀਂ ਮੁੱਦਾ ਚੁੱਕਿਆ ਗਿਆ ਹੈ। ਭਾਈ ਘਲੋਈਆ ਨੇ ਕਿਹਾ ਹੈ ਕਿ ਉਪਰੋਕਤ ਦੋਨਾਂ ਸ਼ਹਿਰਾਂ ਵਿੱਚ ਹੋਏ ਕਤਲੇਆਮ ਦੌਰਾਨ 297 ਸਿੱਖਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦੌਰਾਨ 47 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ, ਜਦੋਂ ਕਿ ਬਹੁਤ ਸਾਰੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਅਤੇ ਘਰ ਵੀ ਉਜਾੜ ਦਿੱਤੇ ਗਏ ਸਨ। ਉਹਨਾਂ ਦੱਸਿਆ ਕਿ ਇਸ ਦੌਰਾਨ ਹੋਏ ਮਾਲੀ ਨੁਕਸਾਨ ਸਿੱਖਾਂ ਦੀਆਂ ਇਸ ਇਲਾਕੇ ਵਿੱਚ ਲੱਗੀਆਂ 6 ਫੈਕਟਰੀਆਂ ਵੀ ਤਬਾਹ ਕਰ ਦਿੱਤੀਆਂ ਗਈਆਂ। ਉਹਨਾਂ ਦੱਸਿਆ ਕਿ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਵੱਲੋਂ ਮੌਕੇ 'ਤੇ ਗਵਾਹ ਅਤੇ ਪੀੜਿਤ ਸੰਤੋਖ ਸਿੰਘ ਰਾਹੀਂ ਰਿੱਟ ਨੰਬਰ 10,904 ਮਾਣਯੋਗ ਹਾਈਕੋਰਟ ਵਿੱਚ ਕੇਸ ਲਾਏ ਗਏ ਹਨ ਅਤੇ ਇਸ ਮਾਮਲੇ ਦੀ ਕਾਨੂੰਨੀ ਪੈਰਵਾਈ ਹਾਈਕੋਰਟ ਦੇ ਸੀਨੀਅਰ ਵਕੀਲ ਗਗਨਦੀਪ ਸਿੰਘ ਬਲ ਕਰ ਰਹੇ ਹਨ।
उन्हां कहा कि गुड़गांव विखे जोत सिंह नूं दरिंदिया ने पूरी तरह शहर विच पत्थर मार के मार दिता सी ते पटौदी शहर विच जीवनी बाई दे तीन बेटे अते पति नूं भी खो खो के मार दिता गया ते घर नूं अग लगा दिती गई सी। उन्हां कहा कि श्रोमणी कमेटी के सहयोग नाल पीड़ित परिवारों नूं न्याय ते इंसाफ दिवाउण लई कानूनी लड़ाई निरंतर जारी रखणगे ते इस मौके गुरजीत सिंह पटौदी बलकरण सिंह महल सिंह खालसा आदि हाजिर सन। मणिपुर में हुई हिंसा से मसीह भाईचारे के लोगों नाल हुई मार कुटाई ते धक्केशाही के रोस वजो गुरदासपुर के मसीह भाईचारे ने रोस रैली कढ़ी जो कि पंडोरी रोड के चर्च तो शुरू होकर जहाज चौंक तक पहुंची। रोस रैली में गुरदासपुर के आले दुआले के इलाकों के वक् वक् चर्चा के फादर साहबान मसीह भाईचारे के आगू भी शामिल होए। मैं फादर विलियम्स होता डाइसस ऑफ जलंधर कैथलिक प्रीस्ट अज मैं ਤੁਹਾਡੇ ਮਾਧਿਅਮ ਦੇ ਰਾਹੀਂ ਮੀਡੀਆ ਦੇ ਰਾਹੀਂ ਸਾਰੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਅੱਜ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜੋ ਅਸੀਂ ਭਾਰੀ ਗਿਣਤੀ ਦੇ ਵਿੱਚ ਤਕਰੀਬਨ 5000 ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਹਨ ਤਾਂ ਸਾਡੀ ਅੱਜ ਇੱਕ ਰੋਸ ਰੈਲੀ ਜੋ ਮਣੀਪੁਰ ਦੇ ਵਿੱਚ ਮਸੀਹਾਂ ਉੱਤੇ ਅਤਿਆਚਾਰ ਹੋ ਰਿਹਾ ਹੈ ਉਸ ਦੇ ਲਈ ਅਸੀਂ ਇਕੱਠ ਇਕੱਠਾ ਕੀਤਾ ਹੈ ਔਰ ਅਸੀਂ ਆਪਣੀ ਮੰਗ ਜੋ ਡੀਸੀ ਸਾਹਿਬ ਜੀ ਦੇ ਰਾਹੀਂ ਪ੍ਰਧਾਨ ਮੰਤਰੀ ਹੁਣਾਂ ਨੂੰ ਭੇਜੀ ਹੈ ਔਰ ਸਾਡੀ ਬੇਨਤੀ ਹੈ ਕਿ ਮਸੀਹਾਂ ਉੱਤੇ ਜੋ ਅਤਿਆਚਾਰ ਹੁੰਦੇ ਹਨ ਉਹ ਬੰਦ ਕੀਤੇ ਜਾਣ ਅਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉੱਥੇ ਜਾਣ ਅਤੇ ਜਾਇਜ਼ਾ ਲੈਣ ਉਸ ਜਗ੍ਹਾ ਦਾ ਅਤੇ ਕਿੰਨੇ ਲੋਕ ਘਰ ਬੇਘਰ ਹੋ ਰਹੇ ਹਨ ਬੱਚੇ ਵੀ ਜੋ ਸਕੂਲਾਂ ਦੇ ਵਿੱਚ ਜਾਣੇ ਚਾਹੁੰਦੇ ਸਕੂਲ ਟੁੱਟ ਗਏ ਚਰਚਾਂ ਉੱਤੇ ਅਤਿਆਚਾਰ ਹੋ ਰਹੇ ਚਰਚ ਵੀ ਤੋੜੇ ਕੀਤੇ ਗਏ ਸਾਡੀਆਂ ਧਾਰਮਿਕ ਜੋ ਕਿਤਾਬਾਂ ਹਨ ਜਾਂ ਸਾਡੇ ਧਾਰਮਿਕ ਗ੍ਰੰਥ ਹਨ ਉਹਨਾਂ ਨੂੰ ਸਾੜਿਆ ਗਿਆ ਹੈ ਤੋ ਸਾਡੀ ਪੰਜਾਬ ਦੀ ਜੋ ਕਲੀਸੀਆ ਹੈ ਪੰਜਾਬ ਦੇ ਮਸੀਹ ਲੋਕ ਹਨ ਅਸੀਂ ਬਹੁਤ ਸਾਡੇ ਜੋ ਦਿਲ ਹੈ ਬੜੇ ਦੁਖੀ ਹਨ ਤੋ ਮਿਹਰਬਾਨੀ ਕਰਕੇ ਤੁਸੀਂ ਜਾਓ ਅਤੇ ਉੱਥੋਂ ਦਾ ਜਾਇਜ਼ਾ ਲਓ ਔਰ ਉੱਥੋਂ ਦੇ ਜੋ ਦਰਿੰਦੇ ਲੋਕ ਹਨ ਜੋ ਫੈਂਡਲਿਸਟ ਹਨ ਉਹਨਾਂ ਨੂੰ ਬੰਦ ਕਰੋ ਤਾਂ ਜੋ ਪੰਜਾਬ ਦੇ ਵਿੱਚ ਅਤੇ ਦੇਸ਼ ਦੇ ਵਿੱਚ ਏਕਤਾ ਸ਼ਾਂਤੀ ਅਤੇ ਪਿਆਰ ਬਣਿਆ ਰਹੇ। ਅੱਜ ਅਸੀਂ ਪੰਜਾਬ ਦੇ ਅੱਜ ਗੁਰਦਾਸਪੁਰ ਡਿਸਟ੍ਰਿਕਟ ਦੇ ਡੀਸੀ ਸਾਹਿਬ ਜੀ ਨੂੰ ਦਿੱਤਾ ਹੈ। ਦੋਸਤੋ ਇਸ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਆਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।